ਜਿਵੇਂ ਕਹਿੰਦੇ ਨਾ ਜੀ ਗਰੀਬੀ ਜਿਹੜੀ ਹੁੰਦੀ ਹੈ ਕੋਈ ਕਹਿੰਦਾ ਜੀ ਮੈਂ ਦੇਖੀ ਹੈ ਮੈਂ ਜੀ ਉਹ ਰੱਜ ਕੇ ਹੰਡਾਈ ਹੈ ਕਹਾਣੀ ਮੈਂ ਵਨ ਸਿਟਿੰਗ ਪਲਾਨ ਦੇ ਵਿੱਚ ਲਿਖਦਾ ਦੂਜੀ ਗੱਲ ਮੈਂ ਕਹਾਣੀ ਅੱਜ ਤੱਕ ਜਦੋਂ ਮੈਂ ਲਿਖੀ ਮੈਂ ਅੱਜ ਤੱਕ ਪੜ੍ਹੀ ਨਹੀਂ ਆਪਦੀ ਕਹਾਣੀ ਲਿਖੀ ਸਭ ਤੋਂ ਵੱਡੀ ਮੇਰੀ ਜਿਹੜੀ ਗਲਤੀ ਇਹ ਹੈ ਇੱਕ ਤਾਂ ਮੈਂ ਉਹ ਕਹਾਣੀਆਂ ਲਿਖਦਾ ਜਿਹਦੇ ਵਿੱਚ ਮੇਰੀ ਬੇਟੀ ਪੜ੍ਹ ਸਕੇ ਮੇਰੇ ਘਰ ਦੇ ਪਰਿਵਾਰ ਪੜ੍ਹ ਸਕੇ ਵੀ ਇਹ ਨਾ ਹੋਵੇ ਪੇਜ ਨਾ ਥੱਲਣਾ ਪੈ ਜਾਵੇ ਵੀ ਯਾਰ ਇਹਦੇ ਵਿੱਚ ਆਹ ਕੀ ਲਿਖਤਾ ਉਸ ਚੀਜ਼ ਨੂੰ ਮੈਂ ਪਹਿਲ ਦਿੰਦਾ ਹੈਗਾ ਪੰਜਾਬ 24 ਆਪ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦਰਸ਼ਕੋ ਮੈਂ ਹਾਂ ਚਮਕੌਰ ਸਿੰਘ ਲੋਪੋ ਜਿੱਥੇ ਅਸੀਂ ਤੁਹਾਨੂੰ ਵੱਖ ਵੱਖ ਲੋਕਾਂ ਦੇ ਨਾਲ ਮਿਲਾਉਂਦੇ ਰਹਿੰਦੇ ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਥੋੜ੍ਹੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਸਾਹਿਤਕਾਰ ਆ ਲੇਖਕ ਹੈ ਉਹਨਾਂ ਨੂੰ ਬਹੁਤ ਮੀਡੀਆ ਦੇ ਅੱਗੇ ਘੱਟ ਲਿਆਂਦਾ ਜਾਂਦਾ ਹੋਰ ਜਿਹੜੇ ਲੋਕ ਆ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਜਾਂ TRP ਲਈ ਮਸ਼ਹੂਰ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਦਿਖਾਇਆ ਜਾਂਦਾ ਉਹ ਕੋਈ ਨਾ ਕੋਈ ਅਜਿਹੀ ਵਿਵਾਦਿਤ ਗੱਲ ਕਰਦੇ ਨੇ ਅੱਗੇ ਆ ਜਾਂਦੇ ਨੇ ਪਰ ਜਿਹੜੇ ਆਪਣੇ ਸਮਾਜ ਨੂੰ ਕੋਈ ਦੇਣ ਆ ਜਿਨ੍ਹਾਂ ਦੀ ਵਧੀਆ ਲਿਖਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਸਾਡਾ ਮੀਡੀਆ ਦਾ ਫਰਜ਼ ਹੈ ਸੋ ਅੱਜ ਸਾਡੇ ਨਾਲ ਨਾਵਲਕਾਰ ਕਹਾਣੀਕਾਰ ਗੁਰਮੀਤ ਸਿੰਘ ਬਾਮ ਜੀ ਨੇ ਜਿਨ੍ਹਾਂ ਨੇ ਪਹਿਲਾਂ ਕਾਫੀ ਨਾਵਲ ਲਿਖੇ ਕਵਿਤਾਵਾਂ ਲਿਖੀਆਂ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਕਿਤਾਬਾਂ ਬਾਰੇ ਕਿ ਉਹਨਾਂ ਨੂੰ ਕਿਵੇਂ ਸ਼ੌਂਕ ਲੱਗਿਆ ਇਹ ਗੱਲਬਾਤ ਕਰਾਂਗੇ ਇੱਕ ਨਾਵਲ ਆ ਉਹਨਾਂ ਦਾ ਵੇ ਘਾਤਕਾਂ ਸੋਹੰਗ ਇਹ ਜਿਹੜੀ ਨਾਵਲ ਉਹਨਾਂ ਦਾ ਆਇਆ ਸੀ ਹੋਰ ਵੀ ਜਿਹੜੇ ਹੈਗੇ ਆ ਉਹਨਾਂ ਦੇ ਨਾਵਲ ਆ ਪਹਿਲਾਂ ਤਾਂ ਗੁਰਮੀਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸਾਰੇ ਚੈਨਲ ਵਾਲੇ ਵੀਰਾਂ ਦਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦਰਸ਼ਕ ਦੇ ਰੂਪ ਹੋਣ ਦਾ ਮੌਕਾ ਦਿੱਤਾ ਪਹਿਲਾਂ ਅਸੀਂ ਮਾਫ਼ੀ ਵੀ ਚਾਹੁੰਦੇ ਹਾਂ ਕਿਉਂਕਿ ਕਾਫ਼ੀ ਸਮਾਂ ਸਾਨੂੰ ਲੱਗ ਗਿਆ ਤੁਸੀਂ ਵੇਟ ਵੀ ਕੀਤੀ ਦਫ਼ਤਰ 'ਚ ਕਈ ਥਾਈਂ ਮੀਟਿੰਗਾਂ ਹੋਣ ਕਰਕੇ ਅਸੀਂ ਲੇਟ ਵੀ ਹੋ ਗਏ ਗੁਰਮੀਤ ਜੇ ਆਪਾਂ ਗੱਲ ਕਰੀਏ ਕਿ ਆਮ ਜਿਹੜੇ ਅੱਜ ਕੱਲ੍ਹ ਨੌਜਵਾਨ ਆ ਉਹ ਤਾਂ ਇਹੀ ਗੀਤ ਜ਼ਿਆਦਾ ਸੁਣਦੇ ਆ ਚੱਕ ਲਓ ਧਰ ਲਓ ਵਾਲੇ ਹਥਿਆਰਾਂ ਵਾਲੇ ਨਸ਼ਿਆਂ ਵਾਲੇ ਪਰ ਤੁਹਾਨੂੰ ਜਿਹੜੀ ਆ ਚੇਟਕ ਆ ਲਿਖਣ ਦੀ ਕਹਾਣੀ ਦੀ ਨਾਵਲਾਂ ਦੀ ਇਹ ਕਿਵੇਂ ਲੱਗੀ ਇਹ ਵੀਰ ਜੀ ਮਤਲਬ ਇੱਕ ਸਬੱਬ ਵਾਂਗੂ ਇਹਦੇ ਲਈ ਨਾ ਤਾਂ ਮੈਂ ਕਿਸੇ ਤੋਂ ਸਿੱਖਿਆ ਲਈ ਹੈ ਹਾਂਜੀ ਇਹ 1996 ਦੇ ਵਿੱਚ ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬੋਆਇਜ਼ ਮੁਕਤਸਰ ਪੜ੍ਹਦਾ ਸੀ ਉੱਥੇ ਬਸ ਇੱਕ ਸਬੱਬ ਬਣਿਆ ਜਿਹਦੇ ਵਿੱਚ ਮੈਨੂੰ ਮਿੰਨੀ ਕਹਾਣੀਆਂ ਲਿਖਣ ਦਾ ਮੌਕਾ ਮਿਲਿਆ ਬਸ ਇੱਕ ਚਾਣ ਚੱਕੀ ਉੱਥੇ ਮੈਂ ਬੈਠੇ ਬੈਠੇ ਨੇ 4 ਮਿੰਨੀ ਕਹਾਣੀਆਂ ਲਿਖੀਆਂ ਸੀ ਇੱਕ ਲੋਕਲ ਨਿਊਜ਼ ਵਾਸਤੇ ਉਸ ਤੋਂ ਮਗਰੋਂ ਫਿਰ ਮੇਰੀਆਂ ਤਕਰੀਬਨ ਮੈਂ BCOM ਗੌਰਮੈਂਟ ਕਾਲਜ ਮੁਕਤਸਰ ਤੋਂ ਕੀਤੀ ਉਸ 5 ਸਾਲਾਂ ਦੇ ਵਿੱਚ ਮੈਂ ਲੋਕਲ ਅਖਬਾਰਾਂ ਰਸਾਲਿਆਂ ਨੂੰ ਜਾਂ ਜਿਵੇਂ ਰਾਬਤਾ ਮੈਗਜ਼ੀਨ ਫਿਲਮ ਐਂਡ ਮਿਊਜ਼ਿਕ ਸੀਗਾ ਅਤੇ ਸਮਰਾਟ ਅਤੇ ਪਲੱਸ ਮਲੋਟ ਬਾਣੀ ਸੀ ਮੁਕਤਸਰ ਬਾਣੀ ਇਸ ਤਰ੍ਹਾਂ ਦੇ ਜਿਹੜੇ ਨਿਊਜ਼ ਪੇਪਰ ਸੀ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਮੈਟਰ ਮਿੰਨੀ ਕਹਾਣੀਆਂ ਵੱਡੀਆਂ ਕਹਾਣੀਆਂ ਕੁਛ ਕੰਮ ਦੀਆਂ ਗੱਲਾਂ ਗੀਤਾਂ ਦੀ ਮੁਰੰਮਤ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਟੌਪਿਕ ਤਰ੍ਹਾਂ ਦੇ ਜੋ ਵੀ ਉਸ ਟਾਈਮ 'ਤੇ ਮੁੱਦੇ 'ਤੇ ਸੀ ਮੈਂ ਬਹੁਤ ਲਿਖੀ ਗੀਤਾਂ ਦੀ ਮੁਰੰਮਤ ਕਿਵੇਂ ਕਰਦੇ ਸੀ ਮਤਲਬ ਗੀਤ 'ਤੇ ਜਿਵੇਂ ਕੋਈ ਲੱਗਦਾ ਸੀਗਾ ਕਿਸੇ ਗੀਤ ਦੀ ਲਾਈਨ ਨੂੰ ਉਹਦੀ ਮੁਰੰਮਤ ਕਰਕੇ ਸੋਧਣਾ ਵੀ ਆਇਆ ਨਹੀਂ ਸੀ ਇਹਦੇ ਵਿੱਚ ਆਹ ਹੋਣਾ ਚਾਹੀਦਾ ਸੀ ਅੱਛਾ ਉਸ ਤਰ੍ਹਾਂ ਉਹਦੀ ਮੁਰੰਮਤ ਕਰਦੇ ਸੀ ਮਤਲਬ ਪਹਿਲਾਂ ਉਹਦਾ ਦੌਰ ਸੀਗਾ 96 ਤੋਂ ਲੈ ਕੇ ਕਾਫੀ ਟਾਈਮ ਇਹਦਾ ਅਖਬਾਰਾਂ ਦੇ ਵਿੱਚ ਦੌਰ ਹੈ ਮੇਰੇ ਜੱਗ ਬਣੀ ਸਪੋਕਸਮੈਨ ਅਤੇ ਨਵਾਂ ਜਵਾਨਾ ਇਹਨਾਂ ਦੇ ਵਿੱਚ ਵੀ ਮੇਰੇ ਤਕਰੀਬਨ ਆਉਂਦਾ ਰਿਹਾ ਠੀਕ ਹੈ ਪਹਿਲਾਂ ਅਖਬਾਰਾਂ ਦੇ ਵਿੱਚੋਂ ਸ਼ੁਰੂ ਕੀਤਾ ਸ਼ੁਰੂ ਮੇਰਾ ਪਹਿਲਾਂ ਸਬਾਬੀ ਮੇਰਾ ਅਖਬਾਰ ਤੋਂ ਬਣਿਆ ਸੀਗਾ ਜਿਹਦੇ ਘਰ ਉਦੋਂ ਮੈਂ ਕਹਾਣੀਆਂ ਪਹਿਲਾਂ ਲਿਖਦਾ ਸੀ ਟਾਈਟਲ ਮੈਂ ਜਿਵੇਂ ਪਹਿਲਾਂ ਮੈਂ ਕਹਾਣੀ ਚੁੰਨੀ 'ਤੇ ਲਿਖੀ ਸੀ ਫਿਰ ਚੁੰਨੀ ਧਰਮ ਬੇਸ਼ਰਮ ਗੁਲਾਬ ਮਤਲਬ ਧੂਫ ਇਹੋ ਜਿਹੀਆਂ ਕਹਾਣੀਆਂ ਲਿਖੀਆਂ ਬਾਅਦ 'ਚ ਉਹ ਮੈਟਰ ਮੈਂ ਬਹੁਤ ਥਾਈਂ ਮੇਰਾ ਗਿਆ ਤਕਰੀਬਨ ਸਾਰੇ ਵੀਰਾਂ ਨੇ ਜਾਂ ਦਰਸ਼ਕ ਵੀਰਾਂ ਨੇ ਸਾਰਿਆਂ ਨੇ ਬਹੁਤ ਉਹਨੂੰ ਮੋਹ ਪਿਆਰ ਦਿੱਤਾ ਉਸ ਤੋਂ ਮਗਰੋਂ ਫਿਰ ਮੈਂ ਕਿਹਾ ਵੀ ਇਹ ਤਾਂ ਇੱਕ ਕਹਾਣੀ ਹੈ ਜਿਵੇਂ ਆਪਾਂ ਕਿਸੇ ਕਹਾਣੀ ਦਾ ਨਾਂ ਲਿਖ ਲਿਆ ਜੋ ਉਹਦਾ ਨਾਂ ਲਿਖ ਲਿਆ ਧੂਫ ਉਹ ਤੋਂ ਆਲਰੇਡੀ ਸਮਝ ਆ ਜਾਂਦੀ ਸੀ ਵੀ ਇਹ ਕਹਾਣੀ ਜਿਹੜੀ ਧੂਫ 'ਤੇ ਲਿਖੀ ਗਈ ਹੈ ਜਾਂ ਗੁਲਾਬ 'ਤੇ ਲਿਖੀ ਗਈ ਹੈ ਪਰ ਉਸ ਤੋਂ ਮਗਰੋਂ ਉਸ ਚੀਜ਼ ਨੂੰ ਮੈਂ ਚੇਂਜ ਕੀਤਾ ਅਤੇ ਮੇਰੀਆਂ ਕਹਾਣੀਆਂ ਲਗਭਗ 300 ਤੋਂ 400 ਜਿਹੜੀਆਂ ਅਖਬਾਰਾਂ ਛਪੀਆਂ ਜ਼ਿਆਦਾ ਮੇਰਾ ਮੈਟਰ ਸਮਰਾਟ 'ਚ ਲੱਗਿਆ ਜੀ ਅਤੇ ਮੁਕਤਸਰ ਦੇ ਲੋਕਲ ਬਾਣੀ 'ਚ ਵੀ ਲੱਗਿਆ ਅਤੇ ਮਲੋੜ ਇੱਥੋਂ ਇੱਕ ਰਪਾਣਾ ਬਾਣੀ ਲੱਗ ਛਪਦਾ ਸੀ ਉਹਨਾਂ ਛਪਿਆ ਫਿਰ ਉਸ ਤੋਂ ਮੁੜ ਕੇ ਮੈਂ ਕਹਾਣੀਆਂ ਦੇ ਨਾਮ ਚੇਂਜ ਕੀਤੇ ਜਿਵੇਂ ਹੁਣ ਮੇਰੀ ਬੁੱਕ ਦਾ ਨਾਮ ਵੀ ਹੈ ਕਾਸ਼ ਮੈਂ ਤੂੰ ਹੁੰਦੀ ਮੈਂ ਹਾਂ ਅਤੇ ਕਿਉਂ ਮੈਂ ਤੂੰ ਹਾਂ ਜਾਂ ਕਹਾਣੀ ਦਾ ਨਾਂ ਮੈਂ ਹਾਂ ਅਤੇ ਕਿਉਂ ਇਹ ਮੇਰਾ ਹੈ
इस तरह फिर मैं कहानी के टाइटल आपके वालों जिड़े मैं पाए जिद कोई बंद जो कहानी पढ़े वो ये चीज़ गैस ना ला सके भी कहानी तुम्हें कि चीज़ पर लिखी है तो इसका एंड की होगा। अच्छा उस तो कि फिर मेरा मैटर जी कहानियों का जो टॉपिक रहा नाम रहे कहानियों के वो यही रहे अज तीन मैं लगभग मेरे 6 बुक आई हैं। अच्छा मार्केट के कहानियाँ तकरीबन 3 कहानियां लिया। गर्मी तो पढ़ाई कितनी की तुसी? मैं जी 5th क्लास तक पिंडों प्राइवेट स्कूल तो की थी। फिर 6वीं तो लैके 10वीं क्लास मैं सरकारी हाई स्कूल चक शेरेवाल तो की थी। उस तो मोर प्लस 1 प्लस 2 मैं बॉयज स्कूल दे विच गवर्नमेंट सीनियर सैकेंडरी स्कूल मुक्तसर तो की थी। बीकॉम मैं गवर्नमेंट कॉलेज तो की थी। बी एड मेरी हैगी है जी इतों लाला हंसराय मेमोरियल कॉलेज मोगा। ठीक है तो हुण अजकल की कारोबार नाल करदे? मेरा वीर जी जिहड़ा हैगा मेन मेरे को पहला मेरा स्कूल सीगा उत्थे अपने नाल पन्नी वाला फत्ता उत्थे स्कूल रहा मेरा 20 साल। अच्छा उस तो मगरों फिर हुण मेरे को सिर्फ कोचिंग सेंटर है जी मतलब 10वीं क्लास 2 बी ए वगैरह की ई टी डी बी एड वाली उन्होंने तैयारी करो। जे देखा जाए तुम वधिया कहानियां लिखते हो नावल लिखते हो जी सर मान सन्मान की गल की जाए थोनों कोई अजिहा लगे जिंदगी कि जिहड़ा कही रही इहो जिहा सन्मान हुंदा माण हुंदा जिहड़ा अपने दिल नूं लग जांदा कोई उहो जी दसो भी हुण तां किन्ने क मान सन्मान मिले? जे तां मतलब प्राइज की गल करदे तुसीं प्राइज मैनूं स्कूल कॉलेजां दे विच तकरीबन काफ़ी स्कूलों कॉलेजां ने मैनूं सन्मानित किया। मैं जिवें हुण सम्राट वालिआं दे राबता मैगजीन जिन्हां नूं मैं ये भेजदा सीगा मैटर उन्हां ने भी मैनूं मतलब प्राइज दित्ते हैगे आ। उस तो मोर जी मान दी जिन्हों सुन के ज मतलब खुशी होंगी है हाँ जी है वो सके कुछ अब जो शख्सियत जिन्होंने कदे किसी बुक न हाथ नहीं लाया से कद अज तक उन्होंने मेरी बुक एक बुक वन सिटिंग प्लैन के पढ़ के तो मैं नाल दिन फोन किए रात को 12-12 बजे तक जो कोई फोन के बुक पढ़न लगे जो बुक कंप्लीट होगी नाल दिन मैं फोन किए भी असी पहला बंदा वो है भी जिदी बुक असी फस्ट टाइम पढ़ी है तो मतलब पूरी की पूरी पढ़ के फिर बुक रखी। ठीक है जे देखा जाए गुरमीत अजक जोड़ा कोई समा सी जिमें तुम कहने अखबार पढ़ते नौजवान भी पढ़ते आम सत्था के आप देखते अखबार पढ़े जाते जोड़े लोग से घर साहित बहुत प्यार करते कितावान नावल कहानियां बहुत पढ़ते हूँ जड़िया दुकाना है जिते किताबा बिकदियाँ बुक स्टाल आ उ नावला उमें पे वो कहते साढ़े को 5-5, 7-7 साल हो गए बिक नहीं रहे थोनू की लगता है भी हुण दौर बदल गया जां लोग पढ़न हट गए की कारण नूं मानदे आ? ये जी कुल मिला के मीडिया का दौर आ गया जी मीडिया के विच हुण जदों जिहड़ी चीज़ आपां फेसबुक ते जां लाओ यूट्यूब ते किसी चीज़ ते मिल जांदी आसानी नाल किसी चीज़ का तुसीं सलूशन लैणा हैगा तुसीं बस एक क्लिक करनी है तुहानूं वो चीज़ मिल जूगी। पहला जो सीगा अज तो 10-12 साल पहला यह चीज़ है नहीं सी उदों जे कोई बंदे ने सफ़र करना सीगा सपोज कर लो उन्हें मोगे तो चलिया चंडीगढ़ चलिया वो कहिंदा सी भी हुण टाइम टप्पना नहीं वो फिर बुक लेंदा सी बुक स्टाला तकरीबन हरेक शहर के बस स्टैंड बस स्टैंड उतों फिर बुक लै लेंदा सी पढ़ता जांदा सीगा उस तो मगर वो रिव्यू दिंदा सी बुक दे हुण वो चीज़ है नहीं जी हुण जिहड़ा हैगा दौर सीगा हुण इस चीज़ का मीडिया का दौर आ अगला मतलब कोई मोबाइल ते ला लैंदा कोई फिल्म वेख ली इस पासे आ गया पढ़ने वाले पासे जिहड़ा हैगा लिटरेचर घट गए जी लोग घट गए। जे देखा जाए गुरमीत एक जिहड़ा हैगा लोग कहिंदे भी चंगा नहीं लिखदे गीत चंगे लिखो गाओ रौला बहुत पैंदा पर जे कोई चंगा गीत आउंदा कहानी आउंदी उहदे व्यू देख के आपां बहुत घट हुंदे आ एक पासे आपां कहिंदे हथियारां वाले गीत ना गाओ पर जे हथियारां वाला गीत आउंदा उहदे व्यू ज़्यादा आउंदे लोग चंगा सुण नूं ते पढ़न नूं हट गए की लगता थोनूं इस पासे नूं क्यों ज़्यादा जा रहे? ये भी मेन तो हैगा जी तुम थोड़े तो डिपेंड करता हूँ जी मान लो मेरी उम्र 42-43 साल हो गई जी तो मेरे दोस्त है मेरे नाल जो गगनदीप मान आ गया इन्होंने भी अज तक कोई नशा नहीं किया मैं भी नहीं अज तक किया असी हूँ बैठते उठते सारे नाल ही पर असी नशे नहीं किया गा असी दौर सारे देखिए साड़ी असी बचपन तो हूँ तीन इकट्ठे आए हैं उस दे विच असी उस चीज़ नहीं गए जो साडा सी रहनी सहनी है पर असी नहीं उन्हूं कीता गा उस तरह जो तुसी अडोप्ट जिहड़ी चीज़ नूं करोगे जी वो फिर तुसी उसे दे पासे लैण वाले पासे तुरोगे जे तुहानूं नहीं चंगा लगदा तुसी ना सुनो जी पर जे तुसीं उन्हूं धार ही लिया भी अडोप्ट ही कर लिया भी असी तां असले वाले जी गाने सुनने हैगे आ साडे कोल तां जिहड़े ब्रांड वालियां चीज़ां होनियां चाहीदियां फिर असी उही चीज़ चुणांगे जिहड़ी सानूं पसंद आ साडा दिल कहिंदा क्योंकि जे तुसी गल भी करोगे जे कितें कोई 4 बंदे बह के गल करते जो नवी जनरेशन गल करती है ब्रांड की करती है ज कोई हथियारों की गल करती है फिर वो गाने भी उस तरह के चॉइस करूगी वो दूसरे नहीं सुनती।
ठीक है, गर्मी जो देखा जाए अपने परिवार च होर बच्चे किन्ने थोड़े फैमिली ते कौन कौन? मेरी मम्मी का नाम मनजीत कौर है जी, तो फादर साहब का नाम सुखदेव सिंह है जी, मेरा एक ब्रदर है एक सिस्टर है जी, वाइफ का नाम सिमरतपाल कौर, बेटी है गुरनूर कौर, तो बेटा गुरमिंदर सिंह है। ये परिवार का थोनों पूरी सपोर्ट मिलती है दोस्तों मित्रों तो रिश्तेदार तो, कि ये तो नहीं कहते भी तू पढ़िया लिखिया सी यार कोई होर काम कर लिया कर, तू क्यों कहानियों च मत्था मारदा रहना नावल लिखता रहना, इन्हों कौन पढ़ता है कि ज्यादा हौसला मिलता है? जे तो जिमें कहते ना जी गरीबी जी होंगी कोई कहता जी मैं देखी है, मैं जो रज के हंडाई है, मैं लगभग 90-91 तो ही मैं पहले बिजली का काम करता सी, फिर मैं 10वीं तो मैं ट्यूशन पढ़ा लग पाया, उस टाइम तो मैं नाल दी नाल जिहड़ा मैं पढ़िया भी है तो मैं काम भी किया जी, इसके घरों कोई जहाँ माहौल है नहीं जिहड़ा, ना तो मैं कोई मतलब चंगे कॉलेज एडमिशन करवा सकते सी, ना कोई काम ते भी सी चंगा काम जां मैं बाहर जाके कितें स्टडी कर सकता जी, घर दी प्रॉब्लम कुछ इस तरह दी सी, वो जो मैं किया बस वो जिवें कहिंदे मैं परमात्मा ते बहुत ज़्यादा यकीन करता हद तों वध, जो कोई कहे तुसीं की ते यकीन करदे, मैं ए तो लैके वाई तक तां कहूँगा परमात्मा ते, जेड ते मैं आपदा ना लाऊंगा, सब तो ज़्यादा मैं मैनू आबतरा आपदे आपते है कि मैं जो करना हैगा वो मैं दिल तो करना, दूसरी गल कोई सपोर्ट ना दी कोई चीज़ नहीं, घरों साढ़े साढ़े परिवार के बाकी तो चाचे ने मुंडे मैं कॉलेज कला मैं ही गया जी, बाकी कॉलेज भी नहीं गए, बाकी किसी ने कोई लिखने वाला भी साढ़े कोई कोई लिखारी नहीं सी, मैं तुम्हें दसा जो बी कॉम की मेरा लिटरेचर नाल कोई मतलब ही है नहीं सी, तो बस एक एक बस बैठे 2 मिनट गल हुई तो एक अखबार से लोकल उन्होंने कहानियां चाहिए सी जिवें टारगेट से, वो मेरा दोस्त ही उत्ते पढ़ता सी प्लस वन कमर्स के, वो मैंने जो ऑफिस के लगे वो कहता मैंने भी कहानियां चाहिए है अपने साडा टारगेट है तो मैंने कहानी वाला बंदा नहीं मिलता, वो कुदरत तो नहीं मैंने पूछ लिया मैं तुम दसो भी कहानियां होंगे कहोजियाँ, फिर उन्होंने मैंने पढ़ाइया योजना, फिर मैं उत्थे बैठे लिखतियाँ उदू मुड़ के, फिर वो मैंने डेली हफ्ते बाद ही लै जाए करे उत्थे ऑफिस के भी अज आह मैटर लिखना, फिर मैं वो लिखता रहा बस इस तो ही फोन आने लग पे मैनू ये मैटर, फिर मेरा बहुत छपता रहा, उदू मैंने फोन कॉल भी बहुत आदि हो, उस तो मैं बुक छप ला पी, हूँ बुक तो कोई 100-150 रुपये ला के कुछ नहीं, अखबार से 2-3 रुपये ला आता जी। गुरमीत सिंह जी यह जी कोई दसो भी थोनू जोड़े नावल तुम कहानियां लिख गए सब चो थे, वैसे तो जिमें कहते माँ को सारे पोती प्यारे होंगे, हर एक लेखक को सारिया चीज़ें चंगा लगता है, थोड़ू कोई खास लगी हो मन? कहानियां तो देखो जी ये एक है जी, जो ना कहानी मैं वन सिटिंग प्लैन के लिखता, दूजी गल मैं कहानी अज तक जो मैं लिखी मैं अज तक पढ़ी नहीं आपकी कहानी लिखी, सब तो वड्डी मेरी जी गलती यह है, मैं जी परमात्मा का नाम सुनना तो मैं मतलब गुरबाणी सुननी मैं सब तो वधिया बेस्ट वो लगता, बाकी मैं किसी ने कोई कापी नहीं करता, मेरे दिमाग में एक चीज़ रही है जे मान लो मैं कोई नावल पढ़ लिया जी उस तो बाद मैं घंटे बाद सेम नावल उदू डबल पेज का मैं लिख सकता, किसी का भी नावल पढ़ के इस करके मैं पढ़ता नहीं, मैंने आता भी जो मैं पढ़ लिया ए जिम्मे कोई बंदा हम फिल्म देखने जाता है दिमाग जो मुंडा तो हीरो रहा है उस मिनट तक मैं हीरो है कुड़ी हीरो रही है, फिर मैं जो मैं बुक पढ़ ली ना मेरे दिमाग 10% भी रहेगी ना, तो मैं जो कोई कहानी लिखन लगे तो मैं यह मैटर छापूंगा छापूंगा, उस करके मैं पढ़ता नहीं, परमात्मा जिम्मे मतलब मैं आपदे आप मिल जाए, एक तो मैं वो कहानियां लिखता जिद मेरी बेटी पढ़ सके मेरे घर के परिवार पढ़ सके भी ना पेज न थलना पै जाए भी यार ये आह की लिखता उस चीज़ में मैं पहल दिना है मैं वो जी चीज़ नहीं लिखता गा, कहानियां मेरिया जिन्या भी सगिया मैं सारिया बहुत पसंद है, तो एक दो कहानी जिमें हम बुक का मैटर लिखा होंगे 100 पेज की 150 पेज की छपदी है, एक बार गल जो मेरी तीजी बुक कहानी वाली छपनी सी तो मैं फोन आ गया भी जी बुक दे ना 6 पेज घटते है वो भी इन पूरी आपको चाहिए है कहानी कोई लिखो, वो पहली कहानी वह जी जी मैं सोची मैं कहानी लिखती जी, पर मेरे दिमाग में यह गल आई मैं जे मेरिया 15 कहानियां बुक के है ये कहानी वो कहानी है जोड़ा मैं मुद्दा चक्या भी ये कुड़ी तो कहानी लिखी सी मैं भी जिन्हें मार दिया मतलब भ्रूण हत्या से वो मैं कोई टॉपिक नहीं लग्या, मैं यार एक फॉर्मेलिटी है जे किसी ने कोई पसंद करना मेरिया 14 कहानियां अगलिया कर लूँ, वो मैंने कहता मैं यार जमा अखीर से कहानी पानी है, तो वह कहानी पाती वो कुछ मैं नहीं लिखा गया भी आम सी कुड़ियाँ जज बन जाएँ वकील बन जाए सारा कुछ इवें लिखा, वो परमात्मा बनी वो कहानी सब तो ज़्यादा फोन मैंने उस कहानी दे जी वैसी हाँ जी वैसी पाई जो मैं पता से मैं ज्यों कहो भी मैं दिमाग ला के कहानी लिखता है कोई कहानी मैं 100 पेज की मान लो लिखता या नावल लिख रहा है
ਵੀ ਉਹ 'ਤੇ ਮੈਂ 100% 90% ਦਿਮਾਗ ਲਾਤਾ। ਉਹ ਪਹਿਲੀ ਮੇਰੀ ਕਹਾਣੀ ਹੈ ਜੀ ਜਿਹ 'ਤੇ ਮੈਂ 2% ਦਿਮਾਗ ਲਾ ਕੇ ਲਿਖੀ ਅਤੇ ਸਭ ਤੋਂ ਜ਼ਿਆਦਾ ਮੈਨੂੰ ਫੋਨ ਉਸ ਕਹਾਣੀ ਲਿਆ। ਉਹ 'ਚ ਕਾਰਨ ਕੀ ਮੰਨਦੇ ਆ? ਚਾਹੇ ਤਾਂ ਹੋ ਸਕਦਾ ਵੀ ਉਹ ਦਰਦ ਸੀ ਉਹਦੇ ਵਿੱਚ ਅਤੇ ਸਮੇਂ ਦੀ ਗੱਲ ਸੀ ਵੀ ਭਰੂਣ ਹੱਤਿਆ ਹੁੰਦੀ ਆ, ਕਈਆਂ ਧੀਆਂ ਨਾਲ ਉਹ ਵਾਪਰਿਆ, ਲੜਕੀਆਂ ਨਾਲ ਵਾਪਰਿਆ ਹੁੰਦਾ, ਉਹਨਾਂ ਦੇ ਮਨ ਨੂੰ ਛੋ ਗਈ। ਉਹਦੇ ਵਿੱਚ ਮੇਨ ਤਾਂ ਇਹੀ ਸੀਗਾ ਵੀ ਜਿਵੇਂ ਦੋ ਦੋਸਤ ਹੈਗੇ ਆ, ਕਹਾਣੀ ਮਤਲਬ ਮੈਨੂੰ ਉਹ ਕਹਾਣੀ ਅੱਜ ਵੀ ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਉਹ ਕਹਾਣੀ 2% ਵਾਲੀ ਲੱਗਦੀ ਸੀ। ਉਹ ਜਿਵੇਂ ਦੋ ਦੋਸਤ ਸੀਗੇ ਅਤੇ ਉਹ ਤੜਕੋ ਤੜਕੀ ਜਦੋਂ ਜਾਂਦੇ ਹੈਗੇ ਆ ਅਤੇ ਉਹ ਉਹਦੀ ਮਿਸੀ ਨੂੰ ਲਈ ਜਾਂਦਾ ਹੁੰਦਾ, ਉਹਨੂੰ ਪੁੱਛਦਾ ਵੀ ਤੂੰ ਤੜਕੋ ਤੜਕੀ ਕਿੱਧਰ ਚੱਲਿਆ? ਉਹ ਕਹਿੰਦਾ ਨਾ ਐਂ ਕਰਕੇ ਯਾਰ ਤੇਰੀ ਭਾਬੀ ਨੂੰ ਨਾ ਮਤਲਬ ਡਾਕਟਰ ਕੋਲ ਵਿਖਾ ਕੇ ਆਉਣਾ ਹੈਗਾ, ਚੈੱਕ ਕਰਾਉਣ ਜਾਣਾ ਹੈਗਾ ਐਂ ਕਰਕੇ। ਅਤੇ ਉਹ ਕਹਿੰਦਾ ਵੀ ਤੂੰ ਸਦਿਆਂ ਕੋਈ ਚੱਲਿਆ, ਮੰਨ ਲਓ ਆਪਾਂ ਉਹ 'ਚ ਸ਼ੋਅ ਕੀਤਾ ਵੀ ਸਿਆਲ ਦੇ ਦਿਨ, ਉਹ ਕਹਿੰਦਾ ਵੀ ਤੂੰ ਚੈੱਕ ਕਰਾਉਣ ਚੱਲਿਆ ਹੈਗਾ ਕੀ ਕਰਦਾ ਵੀ ਐਂ ਕਰਕੇ। ਉਹ ਪਰ ਸਮਝ ਗਿਆ ਵੀ ਇਹਨੇ ਡਾਕਟਰ ਕੋਲ ਟਾਈਮ ਲਿਆ ਵੀ ਇਹ ਜਿਹੜਾ ਹੈਗੇ ਆ ਇਹਨੂੰ ਬੇਟੀ ਦੱਸਿਆ ਨਾ ਅਤੇ ਵਾਸ਼ਿੰਗ ਲਈ ਜਾ ਰਿਹਾ। ਉਹ ਫਿਰ ਉਹਨੂੰ ਸਮਝਾਉਣ ਲੱਗਦਾ, ਬੱਸ 'ਚ ਬਹਿ ਜਾਂਦੇ, ਉਹਨੂੰ ਦੱਸਦਾ ਹੈਗਾ ਵੀ ਜਿਹੜਾ ਇਹ ਬੇਟੀਆਂ ਨੂੰ ਐਂ ਨਹੀਂ ਕਰਨਾ ਚਾਹੀਦਾ ਵੀ ਤੂੰ ਮੇਰਾ ਦੋਸਤ ਹੈਗਾ, ਵੀ ਕੁੜੀਆਂ ਪਾਇਲਟ ਬਣਦੀਆਂ ਹੈਗੀਆਂ, ਕੁੜੀਆਂ ਇਸ ਤਰ੍ਹਾਂ ਬਣਦੀਆਂ। ਉਹ ਵੀ ਬਾਹਰੋਂ ਕੁਝ ਦੱਸਦਾ, ਉਹ ਜਦੋਂ ਤੱਕ ਬੱਸ ਸਟੈਂਡ ਤੱਕ ਜਾਂਦਾ ਹੈਗਾ ਅਤੇ ਉਦੋਂ ਤੱਕ ਉਹਦੇ ਦਿਮਾਗ ਦੇ ਵਿੱਚ ਉਹ ਪੋਜ਼ਿਟਿਵਿਟੀ ਇੰਨੀ ਪਾਉਂਦਾ ਵੀ ਉਹ ਮਨ ਬਦਲ ਲੈਂਦਾ ਵੀ ਹੁਣ ਮੈਂ ਇਹ ਚੀਜ਼ ਨਹੀਂ ਕਰਾਉਣਾ, ਮੈਂ ਪਾਪ ਨਹੀਂ ਕਰਨਾ, ਵਾਪਸ ਪਿੰਡ ਮੁੜਿਆ। ਹਾਂ ਨਹੀਂ, ਉੱਥੇ ਹਜੇ ਜਾਂਦਾ, ਮੰਨ ਲਓ ਸ਼ਹਿਰ ਜਾਂਦਾ, ਉਦੋਂ ਮੁੜ ਕੇ ਉਹਨੂੰ ਪੁੱਛਦਾ, ਫਿਰ ਉਹਦਾ ਦੋਸਤ ਪੁੱਛਦਾ ਜਿਹਦੀ ਘਰ ਵਾਲੀ ਹੁੰਦੀ ਹੈ, ਉਹ ਕਹਿੰਦਾ ਵੀ ਤੂੰ ਕਿੱਥੇ ਚੱਲਿਆ? ਉਹ ਕਹਿੰਦਾ ਯਾਰ ਮੈਂ ਨਾ ਐਂ ਕਰਕੇ, ਤੈਨੂੰ ਤਾਂ ਪਤਾ ਹੀ ਹੈ ਆਪਣੇ ਫਲਾਣੇ ਘਰਾਂ 'ਚੋਂ ਜਿਹੜੀ ਹੈਗੀ ਹੈ ਕੁੜੀ ਹੈਗੀ ਹੈ ਹੋਸਟਲ ਪੜ੍ਹਦੀ ਹੈ ਵੀ ਹੋਸਟਲ ਰਹਿੰਦੀ ਹੈਗੀ ਹੈ, ਅਤੇ ਅੱਜ ਉਹਨੂੰ ਮੈਂ ਮਿਲਣ ਜਾਣਾ ਹੈਗਾ। ਅਤੇ ਉਹ ਫਿਰ ਪੁੱਛਦਾ ਵੀ ਉਹ ਜਦੋਂ ਮਿਲਣ ਤੈਨੂੰ ਆਊਗੀ ਅਤੇ ਉਹਦੇ ਵਿੱਚ ਉਹ ਘਰ ਉਹ ਹੋਸਟਲ ਜਾਂ ਘਰ ਨਹੀਂ ਪਤਾ ਲੱਗਣਾ? ਕਹਿੰਦਾ ਉਹ ਉੱਥੇ ਹੋਸਟਲ ਦੇ ਵਿੱਚ ਕੁੜੀਆਂ ਨੂੰ ਕਹਿ ਦੂਗੀ ਵੀ ਕਿਸੇ ਸਹੇਲੀ ਦੇ ਪਾਰਟੀ 'ਤੇ ਜਾਣਾ ਹੈਗਾ ਜਾਂ ਕਿਤੇ ਫੰਕਸ਼ਨ 'ਤੇ ਜਾਣਾ, ਅਤੇ ਉਹ ਆਉਂਦਾ ਆਜੂਗੀ, ਅਸੀਂ ਉਹਦਾ ਫਿਲਮਾਂ ਫੁਲਮ ਵੇਖਾਂਗੇ, ਕੋਈ 2-4 ਘੰਟੇ ਕਿਤੇ ਹੋਟਲ 'ਚ ਲਾ ਲਾਂਗੇ, ਉਸ ਤੋਂ ਮਗਰੋਂ ਅਸੀਂ ਉਹਦਾ ਘਰੋਂ ਘਰ ਜਾ ਵੜਾਂਗੇ। ਅਤੇ ਉਹਨਾਂ ਉਹਨਾਂ ਨੂੰ ਵੀ ਪਤਾ ਲੱਗਣਾ, ਉਹਨਾਂ ਨੂੰ ਲੱਗੇ ਤਾਂ ਨਾ ਇਹਨਾਂ ਨੂੰ ਲੱਗੇ, ਉਹ ਕਹਾਣੀ ਦਾ ਮੇਰੇ ਦਾ ਨਾਂ ਸੀਗਾ ਅਤੇ ਹੁਣ ਉਹ ਨਹੀਂ ਆਵੇਗੀ। ਫਿਰ ਉਦੋਂ ਮੁੜ ਕੇ ਉਹਨੇ ਮਤਲਬ ਉਤਰਦਾ, ਪਹਿਲਾਂ ਤਾਂ ਮੂਡ ਸੀਗਾ ਮੈਂ ਉਤਰ ਕੇ ਬੱਸ ਸਟੈਂਡ ਨੂੰ ਵਾਪਸ ਬੱਸ ਫੜਾ ਪਿੰਡ ਵਾਲੀ, ਫਿਰ ਉਹ ਤੇਜ਼ੀ ਨਾਲ ਪੈਰ ਜੇ ਰਿਕਸ਼ਾ ਵਾਲੇ ਚੜ੍ਹ ਕੇ ਅਤੇ ਹਸਪਤਾਲ ਨੂੰ ਬਣਾ ਲੈਂਦਾ। ਉਹ ਕਹਿੰਦਾ ਜੇ ਮੇਰੀ ਕੁੜੀ ਵੀ ਕੱਲ੍ਹ ਨੂੰ ਐਂ ਕੁਛ ਕਰੂਗੀ ਵੀ ਮੈਨੂੰ ਦੱਸੇ ਬਣਾ ਹੋਟਲਾਂ ਦਾ ਜਾਊਗੀ, ਜਦੋਂ ਇਹ ਜਾ ਸਕਦੀ ਹੈ ਮੇਰੀ ਵੀ ਜਾਊਗੀ, ਫਿਰ ਕੱਲ੍ਹ ਵੀ ਮਾਰਨੀ ਤਾਂ ਅੱਜ ਵੀ ਮਾਰਨੀ। ਫਿਰ ਉਹ ਜਿਹੜਾ ਹੈਗਾ ਉਹ ਹਸਪਤਾਲ ਨੂੰ ਸਿੱਧਾ ਹੋ ਜਾਂਦਾ, ਉਹਦਾ ਇਹ ਸੀ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿਹਨਾਂ ਕੋਲ ਬਹੁਤ ਖਜ਼ਾਨਾ, ਬਹੁਤ ਵੱਡੀਆਂ। ਅੱਜ ਸਮਾਂ ਵੀ ਉਹੋ ਜਿਹਾ ਸੀ, ਸੀਮ ਸੀ, ਇਹ ਵੀ ਬਹੁਤ ਦੂਰੋਂ ਆਏ ਨੇ ਆਪਣੇ ਇੱਥੇ ਮੋਗੇ। ਅਸੀਂ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਹਾਂ, ਵੈਲਕਮ ਕਰਦੇ ਹਾਂ। ਹੁਣ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਕਹਾਣੀਆਂ, ਉਹਨਾਂ ਦੇ ਆਪਾਂ ਪੰਨੇ ਜ਼ਰੂਰ ਫਰੋਲਾਂਗੇ। ਇਹ ਤੁਹਾਡੇ 'ਤੇ ਆ ਕਿੰਨਾ ਤੁਸੀਂ ਪਸੰਦ ਕਰਦੇ ਹੋ ਜ਼ਰੂਰ ਦੱਸਿਓ ਕਮੈਂਟ ਕਰਕੇ। ਆਪਾਂ ਜਿਹੜੀ ਇਹਨਾਂ ਦੀਆਂ ਕਹਾਣੀਆਂ ਉਹਨਾਂ ਨੂੰ ਅੱਗੇ ਤੋਰਾਂਗੇ ਲਗਾਤਾਰ, ਲੜੀਵਾਰ ਜਿਹੜਾ ਹੈਗਾ ਇਹਨਾਂ ਦੇ ਨਾਲ ਆਪਾਂ ਕੋਈ ਦਿਨ ਬਣਾ ਕੇ, ਜਿਵੇਂ ਸੰਡੇ ਨੂੰ, ਹਰ ਇੱਕ ਸੰਡੇ ਨੂੰ ਗੁਰਮੀਤ ਸਿੰਘ ਦੇ ਨਾਲ ਤੁਹਾਡੀ ਮੁਲਾਕਾਤ ਕਰਾਇਆ ਕਰਾਂਗੇ। ਸੋ ਗੁਰਮੀਤ ਜੀ, ਐਂਡ 'ਤੇ ਦਰਸ਼ਕਾਂ ਨੂੰ ਕੋਈ ਵੀ ਸੰਦੇਸ਼ ਦੇਣਾ, ਦਿਲ ਦੀ ਗੱਲ ਆ, ਉਹ ਵੀ ਜ਼ਰੂਰ ਕਰੋ। ਪਹਿਲੀ ਗੱਲ ਤਾਂ ਹਜੇ ਸੰਦੇਸ਼ ਦੇਣ ਵਾਲੇ ਹੋਏ ਨਹੀਂ, ਦੂਸਰੀ ਗੱਲ ਇਹ ਗੱਲ ਜ਼ਰੂਰ ਕਹੂੰਗਾ ਜੋ ਵੀ ਦਰਸ਼ਕ ਵੀਰ ਹੈਗੇ ਆ ਉਹਨਾਂ ਨੂੰ ਬਸ ਇੱਕ ਚੰਗਾ ਜ਼ਰੂਰ ਪੜ੍ਹੋ, ਕਿਉਂਕਿ ਜਿਹੜਾ ਹੈਗਾ ਚੰਗਾ ਐਂਡ 'ਤੇ ਉਹਦਾ ਰਿਜ਼ਲਟ ਵੀ ਚੰਗਾ ਹੀ ਹੁੰਦਾ, ਮਾੜੇ ਦਾ ਰਿਜ਼ਲਟ ਜਿਵੇਂ ਮਾੜਾ ਹੁੰਦਾ। ਜੇ ਤੁਸੀਂ ਚੰਗਾ ਪੜ੍ਹੋਗੇ ਤੁਹਾਡੇ ਅੰਦਰ ਚੰਗੀਆਂ ਗੱਲਾਂ ਆਉਣਗੀਆਂ, ਕਿਉਂਕਿ ਇੱਕ ਪਾਸੇ ਤੁਸੀਂ ਜੇ ਤੁਸੀਂ ਪਾਠ ਸੁਣੋਗੇ, ਪਾਠ ਕਰੋਗੇ ਤਾਂ ਤੁਹਾਡਾ ਮਨ ਵੀ ਉਸੇ ਤਰ੍ਹਾਂ ਰਹੂਗਾ। ਜੇ ਤੁਸੀਂ ਕੋਈ ਫਿਲਮਾਂ ਮਾਰ ਕਟਾਈ ਵਾਲੇ ਕਰੋਗੇ ਜਾਂ ਕੋਈ ਇਸ ਤਰ੍ਹਾਂ ਦੇ ਗਾਣੇ ਸੁਣੋਗੇ ਤਾਂ ਦਿਮਾਗ ਦੇ ਵਿੱਚ ਉਹੀ ਚੀਜ਼ ਰਹਿੰਦੀ ਹੈ। ਸੋ ਮੈਂ ਤਾਂ ਇਹੀ ਕਹੂੰਗਾ ਵੀ ਚੰਗਾ ਸੁਣੋ, ਚੰਗਾ ਪੜ੍ਹੋ ਅਤੇ ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਚੰਗੇ ਕੰਮ ਕਰੋ ਜਿਹਦੇ ਵਿੱਚ ਤੁਹਾਡਾ ਨਾਂ ਜਿਹੜਾ, ਕਿਉਂਕਿ ਜਿਹੜਾ ਮੈਂ ਸਮਝਦਾ ਹੈਗਾ ਵੀ ਬੱਚੇ ਦੇ ਜਨਮ ਤੋਂ ਲੈ ਕੇ ਜਦੋਂ ਜਨਮ ਲੈਂਦਾ ਬੱਚਾ ਅਤੇ ਐਂਡ ਤੱਕ ਮੌਤ ਤੱਕ, ਉਹ ਜਦੋਂ ਧਰਤੀ 'ਤੇ ਆਉਂਦਾ ਹੈਗਾ ਸਿਰਫ ਮਰਨ ਲਈ ਆਉਂਦਾ, ਪਰ ਉਹਦੇ ਵਿਚਲਾ ਜਿਹੜਾ ਟਾਈਮ ਹੈਗਾ ਉਹ ਜ਼ਿੰਦਗੀ ਹੈ, ਅਤੇ ਉਹ ਜ਼ਿੰਦਗੀ ਜਿਹੜੀ ਹੈਗੀ ਆਪਣੇ ਮੋਢਿਆਂ ਦੇ ਦਮ 'ਤੇ ਜਿਉਣੀ ਚਾਹੀਦੀ ਹੈ। ਜਿਵੇਂ ਕਹਿੰਦੇ ਆ ਵੀ ਬਾਜ ਦੇ ਬੱਚੇ ਜਿਹੜੇ ਹੈਗੇ ਉਹ ਬਨੇਰਿਆਂ 'ਤੇ ਉੱਡਣਾ ਨਹੀਂ ਸਕਦੇ, ਉਸੇ ਤਰ੍ਹਾਂ ਤੁਹਾਡੇ ਅੰਦਰ ਪਰਮਾਤਮਾ ਨੇ ਜੋ ਕਾਬਲੀਅਤ ਪਾਈ ਹੈਗੀ ਹੈ ਤੁਸੀਂ ਉਹਦੇ ਇਸਤੇਮਾਲ ਕਰੋ, ਕੋਈ ਆਪਣਾ ਨਾਮ ਬਣਾਓ ਜਿਹਦਾ ਰਹਿੰਦੀ ਦੁਨੀਆ ਤੱਕ ਤੁਹਾਨੂੰ ਕੋਈ ਯਾਦ ਕਰੇ, ਚਾਰ ਬੰਦੇ ਯਾਦ ਕਰਨ ਵੀ ਹਾਂ ਉਹ ਇਨਸਾਨ ਆਇਆ ਸੀ। ਬਾਕੀ ਲੜਾਈਆਂ ਪੜ੍ਹਾਈਆਂ ਜੋ ਹੈਗੀਆਂ ਉਹਨਾਂ ਦਾ ਤਾਂ ਅੰਤ ਮਾੜਾ ਹੀ ਹੈ, ਚੰਗਾ ਕੰਮ ਕਰੋ, ਚੰਗੀ ਸਲਾਹਤਾ ਲਓ। ਮੈਂ ਤਾਂ ਇਹੀ ਦੁਆ ਕਰੂੰਗਾ ਪਰਮਾਤਮਾ ਨੂੰ ਵੀ ਸਾਰਿਆਂ 'ਤੇ ਤੰਦਰੁਸਤੀ ਭਰੇ ਹੱਥ ਰੱਖੇ। ਇਹ ਸਨ ਗੁਰਮੀਤ ਸਿੰਘ ਜੀ ਬਾਮ, ਜਿਨ੍ਹਾਂ ਨੇ ਕਹਾਣੀਕਾਰ, ਨਾਵਲਕਾਰ, ਬਹੁਤ ਵਧੀਆ ਲਿਖਦੇ ਨੇ, ਸਮਾਜ ਨੂੰ ਸੇਧ ਦੇਣ ਵਾਲਾ ਲਿਖਦੇ ਨੇ। ਆਪਾਂ ਅੱਗੇ ਵੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਅੱਜ ਲਈ ਇੰਨਾ ਹੀ, ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਆਗਿਆ, ਪੰਜਾਬ 24 ਆਵਸ ਲਈ ਰਮੇਸ਼ ਲੋਪੋ ਦੇ ਨਾਲ ਚਮਕੌਰ ਲੋਪੋ।